ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਲਗਾਤਾਰ ਪੰਜਾਬ ਬੋਲਦਾ ਦੇ ਵਿੱਚ ਅਸੀਂ ਹਰ ਉਸ ਮਸਲੇ ਦੇ ਉੱਤੇ ਚਰਚਾ ਕਰਦੇ ਹਾਂ ਅਤੇ ਲੋਕਾਂ ਦੀ ਰਾਏ ਜਾਣਦੇ ਹਾਂ ਜੋ ਲੋਕਾਂ ਦੇ ਨਾਲ ਜੁੜੇ ਹੁੰਦੇ ਨੇ। ਪਰ ਅੱਜ ਜਿਸ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਨ ਦੇ ਲਈ ਪੁੱਜੇ ਹੋਏ ਹਾਂ, ਪੰਜਾਬ ਦੇ ਵਿੱਚ ਜੁਰਮ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ, ਅਤੇ ਇਹਨਾਂ ਘਟਨਾਵਾਂ ਦੇ ਵਿੱਚ ਮੁੱਖ ਸਤਰ ਦਾ ਜਿਹੜੀ ਇੱਕ ਘਟਨਾ ਜੁੜ ਜਾਂਦੀ ਹੈ ਜਿਸ ਦੇ ਵਿੱਚ ਔਰਤ ਦੇ ਨਾਲ ਕੁੱਟਮਾਰ ਹੁੰਦੀ ਹੈ। ਉਸ ਤੋਂ ਬਾਅਦ ਲੁੱਟ ਖੋਹ ਦੀਆਂ ਲਗਾਤਾਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਜੁਰਮ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ, ਅਤੇ ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਪਹਿਲਾਂ ਦੇ ਨਾਲੋਂ ਬਿਹਤਰ ਹੈ। ਅਤੇ ਇਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅੱਜ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਅਤੇ ਜਾਣਦੇ ਹਾਂ ਕਿ ਜੋ ਅਕਾਲੀ ਭਾਜਪਾ ਸਰਕਾਰ ਸਮੇਂ ਅਮਨ ਕਾਨੂੰਨ ਦੀ ਸਥਿਤੀ ਸੀ ਕਿ ਅੱਜ ਵੀ ਉਸੇ ਤਰ੍ਹਾਂ ਜਿਹੜੀ ਸਥਿਤੀ ਬਣੀ ਹੋਈ ਹੈ, ਕਿ ਜਾਂ ਪੰਜਾਬ ਸਰਕਾਰ ਦੀ ਕਾਂਗਰਸ ਦੀ ਨਵੀਂ ਸਰਕਾਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਆਈ ਹੈ, ਇਸ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਕਦਮ ਚੁੱਕੇ ਨੇ ਕਿ ਪੰਜਾਬ ਅੱਜ ਵੀ ਚੈਨ ਦੀ ਨੀਂਦ ਸੌ ਰਿਹਾ ਹੈ ਜਾਂ ਫਿਰ ਜੁਰਮ ਦੀਆਂ ਘਟਨਾਵਾਂ ਉਹਨਾਂ ਨੂੰ ਸੌਣ ਨਹੀਂ ਦਿੰਦੀਆਂ। ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਦੇ ਨਾਲ ਜੁੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਮੁਕਤਸਰ ਦੇ ਵਿੱਚ ਔਰਤ ਦੇ ਨਾਲ ਕੁੱਟਮਾਰ ਹੁੰਦੀ ਹੈ, ਉਸ ਤੋਂ ਬਾਅਦ ਮੁੱਖ ਮੰਤਰੀ ਕਾਰਵਾਈ ਦੇ ਦਾਅਵੇ ਕਰਦੇ ਨੇ ਕਿ ਲਗਾਤਾਰ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਹੜੀ ਹੁਣ ਕੈਪਟਨ ਸਰਕਾਰ ਹੈ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈ? ਕੋਈ ਸਰਕਾਰ ਕਾਮਯਾਬ ਨਹੀਂ ਹੋਈ ਹੈ ਜੀ ਕਾਨੂੰਨ ਬਣਾਉਣ ਦੇ ਵਿੱਚ। ਕੈਪਟਨ ਸਰਕਾਰ ਨੇ ਜਮੀ ਬੁਰਾ ਹਾਲ ਕਰਤਾ ਜੀ ਪਿੰਡਾਂ ਦੇ ਵਿੱਚ। ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਜੀ, ਬੇਰੁਜ਼ਗਾਰੀ, ਮੁੰਡੇ ਨਸ਼ਾ ਕਰਦੇ ਜੀ, ਨਾ ਨਸ਼ਾ ਰੋਕ ਪਾ ਰਹੇ, ਕ੍ਰਾਈਮ ਤਾਂ ਬਹੁਤ ਵੱਧ ਰਿਹਾ ਜੀ ਕ੍ਰਾਈਮ। ਤੁਹਾਨੂੰ ਤੁਹਾਡੇ ਮੁਤਾਬਕ ਜਿਹੜਾ ਰੁਜ਼ਗਾਰ ਨਹੀਂ ਮਿਲ ਰਿਹਾ ਜਾਂ ਨਸ਼ੇ ਮਿਲ ਰਹੇ ਉਹਨਾਂ ਉਹ ਵਜ੍ਹਾ ਹੈ ਕ੍ਰਾਈਮ, ਜਿਹਦੀ ਵਜ੍ਹਾ ਨਾਲ ਕ੍ਰਾਈਮ ਵੱਧ? ਹਾਂਜੀ, ਮੇਨ ਆਹੀ ਵਜ੍ਹਾ ਜੀ, ਵਿਹਲੇ ਮੁੰਡੇ ਹੁਣ ਕਿਆ ਕਰੀਏ ਜੀ, ਕਿਆ ਕਰਦੇ ਜੀ, ਨਸ਼ਾ ਹੀ ਕਰੂੰਗੇ ਜੀ ਉਹ, ਜਦ ਕੰਮ ਕਾਰ ਨਹੀਂ ਮਿਲੂੰਗਾ ਜੀ। ਅੱਛਾ, ਕੈਪਟਨ ਸਾਹਿਬ ਤਾਂ ਕਹਿ ਰਹੇ ਵੀ ਘਰ ਘਰ ਰੁਜ਼ਗਾਰ ਜਿਹੜੀ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ ਉਹਨਾਂ ਦੇ ਨਾਲ ਲੱਖਾਂ ਕਰੋੜਾਂ ਬੱਚਿਆਂ ਨੂੰ ਰੁਜ਼ਗਾਰ ਦੇ ਦਿੱਤਾ। ਰੁਜ਼ਗਾਰ ਨਹੀਂ ਮਿਲਿਆ ਜੀ, ਸਾਰੇ ਵਿਹਲੇ ਆ ਜੀ, ਪਿੰਡ ਵਾਲੇ ਮੁੰਡੇ ਅਸੀਂ ਵਿਹਲੇ ਘੁੰਮ ਰਹੇ ਜਾਮ ਸਾਰੇ ਹੀ। ਆਹ ਦੇਖ ਲਓ ਜੀ, ਮੁੰਡੇ ਸਾਰੇ ਨਵੇਂ ਵਿਹਲੇ ਘੁੰਮ ਰਹੇ ਜੀ, ਆਹ ਦੇਖੋ ਜੀ ਸਾਰੇ। ਅੱਛਾ, ਇਸ ਦੇ ਨਾਲ ਹੀ ਜਦੋਂ ਸਰਕਾਰ ਬਣੀ ਸੀ ਉਦੋਂ SITs ਬਣਾਈਆਂ ਗਈਆਂ, ਪੁਲਿਸ ਦੇ ਜਿਹੜੇ ਸਪੈਸ਼ਲ ਅਧਿਕਾਰ ਵੀ ਦੇ ਦਿੱਤੇ ਗਏ ਕਾਨੂੰਨ ਵਿਵਸਥਾ ਬਣਾਉਣ ਦੇ ਲਈ, ਅਤੇ ਹੁਣ ਤਾਜ਼ਾ ਮਾਮਲਾ ਮੁਕਤਸਰ ਦੇ ਵਿੱਚ ਔਰਤ ਦੇ ਨਾਲ ਕੁੱਟਮਾਰ ਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਕਾਨੂੰਨ ਵਿਵਸਥਾ ਦੇ ਫੇਲ ਹੁੰਦੀ ਜਾ ਰਹੀ ਹੈ, ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ? ਫੇਲ ਹੈ ਜੀ, ਕਾਨੂੰਨ ਵਿਵਸਥਾ ਬਿਲਕੁਲ ਫੇਲ ਹੈ ਜੀ, ਵੱਧ ਰਿਹਾ ਜੀ ਕ੍ਰਾਈਮ, ਬਹੁਤ ਵੱਧ ਰਿਹਾ ਜੀ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਜੁਝਾਰ ਸਿੰਘ ਹੈ ਜੀ। ਅੱਛਾ ਜੁਝਾਰ ਜੀ, ਕ੍ਰਾਈਮ ਵੱਧ ਰਿਹਾ ਪੰਜਾਬ ਦੇ ਵਿੱਚ? ਬਹੁਤ ਜ਼ਿਆਦਾ ਜੀ। ਕਾਰਨ ਕੀ ਇਹਦੇ ਵਿੱਚ? ਕਾਰਨ ਇਹਦੇ ਵਿੱਚ ਦੇਖੋ, ਵਿਹਲੇ ਬੰਦੇ ਹੈ, ਫ੍ਰੀ ਘੁੰਮਦੇ, ਕੋਈ ਕੰਮ ਹੈ ਨਹੀਂ, ਇੱਦਾਂ ਵੀ ਪੈਸੇ ਵਾਲੇ ਦਾ ਜ਼ੋਰ ਹੈ। ਪੁਲਿਸਾਂ ਵੀ ਜੇ ਦੇਖ ਲਓ, ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ, ਸਭ ਇੱਕਣੇ ਹੀ ਆਪਣਾ ਟੱਟੂ ਸਿੱਧਾ ਕਰਕੇ ਨਿਕਲ ਜਾਂਦੇ ਲੋਕ। ਹੁਣ 2.5 ਸਾਲ ਹੋ ਗਏ ਸਰ ਇਹਨੂੰ, ਕੈਪਟਨ ਦੀ ਸਰਕਾਰ ਨੂੰ ਕੀ ਕੀਤਾ ਇਹਨੇ ਪੰਜਾਬ 'ਚ, ਉਹਦਾ ਬੁਰਾ ਹਾਲ ਹੈ। ਸਿੱਧੂ 15 ਸਾਲ ਹੋ ਗਏ ਇੱਥੇ ਤੋਂ ਬਣਦੇ ਨੂੰ, ਕਦੀ ਵੀ ਉਹਦਾ ਕੁਛ ਨਹੀਂ ਕਰਿਆ ਉਹਨੇ। ਆਹ ਪਿੰਡ ਦੀ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ, ਕੋਈ ਨਿਕਲਣ ਦੀ। ਅਤੇ ਕ੍ਰਾਈਮ ਦੇ ਨਾਲ ਜੇਕਰ ਜੁੜੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ 2.5 ਸਾਲਾਂ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਕ੍ਰਾਈਮ ਵੱਧਦਾ ਜਾ ਰਿਹਾ? ਹਾਂਜੀ, ਜ਼ਰੂਰ ਵੱਧਦੀ ਹੈ, ਵਿਗੜ ਰਹੀ, ਵਿਵਸਥਾ ਤਾਂ ਬਹੁਤ ਵਿਗੜ ਰਹੀ ਹੈ ਪਹਿਲਾਂ ਨਾਲੋਂ। ਅੱਛਾ, ਔਰਤ ਦੇ ਨਾਲ ਹੁਣ ਔਰਤਾਂ ਦੀ ਸੁਰੱਖਿਆ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਔਰਤਾਂ ਵੀ ਸੁਰੱਖਿਅਤ ਨਹੀਂ ਹੈਗੀਆਂ, ਮੁਕਤਸਰ ਦੇ ਵਿੱਚ ਕਾਂਗਰਸੀ ਕੌਂਸਲਰ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ, ਇਹੋ ਜਿਹੀਆਂ ਘਟਨਾਵਾਂ ਕਿਤੇ ਹੋਰ ਵੀ ਵਾਪਰ ਸਕਦੀਆਂ ਨੇ, ਇਸ ਦੇ ਲਈ ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਇਹਨਾਂ ਵਾਸਤੇ ਜੀ? ਲੇਡੀਜ਼ ਵਾਸਤੇ ਤਾਂ ਕੋਈ ਸਪੈਸ਼ਲ ਫੋਰਸ ਤਿਆਰ ਕਰਨੀ ਚਾਹੀਦੀ ਉਹਨਾਂ ਨੂੰ, ਅਤੇ ਲੇਡੀਜ਼ ਦੀ ਜਲਦੀ ਤੋਂ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ। ਇੱਦਾਂ ਕਿਸੇ ਦਾ ਹੱਕ ਨਹੀਂ ਬਣਦਾ ਕਿਸੇ ਲੇਡੀਜ਼ ਦੇ ਹੱਥ ਚੱਕਣੇ ਦਾ, ਉਹ ਕਾਂਗਰਸ ਦਾ ਹੋਏਗਾ, ਉਹਨਾਂ ਦਾ ਜ਼ੋਰ ਸੀ, ਉਹਨਾਂ ਦੇਖਿਆ ਵੀ ਹੋਣਾ ਤਾਂ ਕੁਛ ਹੈ ਨਹੀਂ, ਸਾਡਾ ਰਾਜ ਹੈ ਤਾਂ ਹੱਥ ਚੱਕ ਲਿਆ ਹੋਏਗਾ। ਬਹੁਤ ਬਹੁਤ ਧੰਨਵਾਦ, ਬੜੀ ਵਧੀਆ ਗੱਲ ਕਰੀ ਕਿ ਕਿਸੇ ਦਾ ਹੱਕ ਨਹੀਂ ਕੋਈ ਕਿਸੇ ਦੇ ਉੱਤੇ ਹੱਥ ਚੱਕ ਸਕੇ। ਤੁਹਾਡਾ ਕੀ ਨਾਮ ਹੈ? ਅਵਤਾਰ ਸਿੰਘ ਜੀ। ਅੱਛਾ ਅਵਤਾਰ ਜੀ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੈ ਪਹਿਲਾਂ ਦੇ ਮੁਕਾਬਲੇ ਚੰਗੀ ਹੋਈ ਹੈ ਜਾਂ ਮਾੜੀ? ਬਹੁਤ ਜ਼ਿਆਦਾ ਹੀ ਖਰਾਬ ਹੈ ਹੁਣ ਤੋਂ ਪਹਿਲਾਂ ਨਾਲੋਂ ਜੀ। ਅੱਛਾ, ਕ੍ਰਾਈਮ ਵੱਧਦਾ ਜਾ ਰਿਹਾ, ਇਹਦੇ ਪਿੱਛੇ ਕੀ ਕਾਰਨ? ਬਿਲਕੁਲ ਵੱਧਦਾ ਜਾ ਰਿਹਾ ਜੀ, ਪਹਿਲੇ ਤਾਂ ਅਕਾਲੀ ਦਾ ਰਾਜ ਸੀਗਾ ਜੀ, ਉਦੋਂ ਵੀ ਇਹੀ ਕੰਮ ਹੁੰਦੇ ਰਹੇ ਹੈ, ਅਤੇ ਹੁਣ ਕਾਂਗਰਸ ਦਾ ਸੀਗਾ, ਹੁਣ ਉਹਨਾਂ ਤੋਂ ਵੀ ਜ਼ਿਆਦਾ ਹੁੰਦੇ ਰਹੇ ਹੈ। ਪਹਿਲਾਂ ਲੇਡੀਜ਼ ਨੂੰ ਬੱਸਾਂ ਨੂੰ ਧੱਕੇ ਦਿੰਦੇ ਰਹੇ ਹੈ, ਹੁਣ ਲੇਡੀ ਨੂੰ ਸਰਿਆਮ ਰੋਡਾਂ 'ਤੇ ਸੁੱਟ ਕੇ ਕੁੱਟਿਆ ਜਾਂਦਾ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਕੋਈ ਸਰਕਾਰ ਦਾ ਧਿਆਨ ਨਹੀਂ, ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਇਹਦੇ ਵੱਲ। ਅੱਛਾ, ਪਰ ਕੈਪਟਨ ਸਾਹਿਬ ਤਾਂ ਕਹਿ ਰਹੇ ਆ ਵੀ ਕਾਨੂੰਨ ਵਿਵਸਥਾ ਦੇ ਲਈ ਬਿਹਤਰੀਨ ਕਦਮ ਚੁੱਕੇ ਜਾ ਰਹੇ ਨੇ, ਪੁਲਿਸ ਆਪਣਾ ਬਿਹਤਰੀਨ ਢੰਗ ਦੇ ਨਾਲ ਕੰਮ ਕਰਦੀ ਹੈ, ਤਾਂ ਲੱਗਦਾ ਕਿ ਪੁਲਿਸ ਵਧੀਆ ਤਰੀਕੇ ਦੇ ਨਾਲ ਜਿਹੜੀ ਪੁਲਿਸ ਫੋਰਸ ਹੈ ਪੰਜਾਬ ਦੇ ਵਿੱਚ ਕੰਮ ਕਰਦੀ ਹੈ, ਕ੍ਰਾਈਮ ਰੋਕ ਰਹੀ ਹੈ? ਨਹੀਂ, ਬਿਲਕੁਲ ਨਹੀਂ ਜੀ, ਅਗਰ ਇੱਦਾਂ ਦਾ ਹੋਣ ਕੋਈ ਮਸਲਾ ਫਿਰ ਇੱਦਾਂ ਦੇ ਕੰਮ ਹੀ ਨਾ ਹੋਣ ਜੀ। ਅਗਰ ਕੈਪਟਨ ਸਾਹਿਬ
ਨਹੀਂ ਬਿਲਕੁਲ ਨਹੀਂ ਜੀ, ਕੋਈ ਪੈਰਾ ਨਹੀਂ ਹੈ ਜੀ। ਚੋਰੀਆਂ ਚੋਰੀਆਂ ਤਾਂ ਨਹੀਂ ਹੁੰਦੀਆਂ ਪਿੰਡ ਦੇ ਵਿੱਚ? ਚੋਰੀ ਤਾਂ ਮਾੜਾ ਮਾੜਾ ਚੱਲਦੇ ਰਹਿੰਦਾ ਜੀ। ਹਾਂਜੀ, ਕਿਤੇ ਨਾ ਕਿਤੇ ਕ੍ਰਾਈਮ ਹੈ ਜਿਹੜੀ ਉਹ ਰੁਕਿਆ ਨਹੀਂ ਹੈ, ਲਗਾਤਾਰ ਉਸ ਤਰ੍ਹਾਂ ਹੀ ਚੱਲ ਰਿਹਾ ਹੈ, ਤੁਸੀਂ ਇਹ ਕਹਿਣਾ ਚਾਹੁੰਦੇ? ਵੱਧਦਾ ਰਿਹਾ ਜੀ, ਦਿਨ ਬੋ ਦਿਨ ਵੱਧਦਾ ਰਿਹਾ ਜੀ, ਦਿਨ ਪ੍ਰਤੀ ਦਿਨ ਜਿਹੜਾ ਕ੍ਰਾਈਮ ਵੱਧਦਾ ਜਾ ਰਿਹਾ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ, ਇਹਨਾਂ ਦਾ ਵੀ ਇਹੋ ਕਹਿਣਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਬੇਸ਼ੱਕ ਅਕਾਲੀ ਸਰਕਾਰ ਤੋਂ ਬਾਅਦ ਹੁਣ ਕਾਂਗਰਸ ਦੀ ਸਰਕਾਰ ਆਈ ਹੈ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਪਰ ਜੋ ਦਾਅਵੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਦਾਅਵਿਆਂ ਦੇ ਵਿੱਚ ਹਕੀਕਤ ਕਿਤੇ ਵੀ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਦੇ ਉੱਤੇ ਆਮ ਲੋਕਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਕੁਝ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਘਟਨਾਵਾਂ ਕ੍ਰਿਮੀਨਲ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ, ਔਰਤਾਂ ਦੇ ਨਾਲ ਵੀ ਬਸ ਸਲੂਕੀ ਦੇ ਮਾਮਲੇ ਸਾਹਮਣੇ ਆਉਂਦੇ ਨੇ। ਮੁਕਤਸਰ ਦੇ ਵਿੱਚ ਤਾਜ਼ਾ ਮਾਮਲਾ ਵਾਪਰ ਰਿਹਾ ਹੈ, ਅਤੇ ਉਸ ਸੰਬੰਧ ਦੇ ਵਿੱਚ ਕੁਝ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਔਰਤਾਂ ਪ੍ਰਤੀ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਬਿਹਤਰੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਅਤੇ ਉਹਨਾਂ ਬਿਹਤਰੀਨ ਕੋਸ਼ਿਸ਼ਾਂ ਦੇ ਵਿੱਚ ਹੁਣ ਇਹੋ ਜਿਹੀ ਘਟਨਾ ਦਾ ਵਾਪਰਨਾ ਕੀ ਕੁਝ ਕਹਿੰਦਾ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਅਮਨਦੀਪ। ਅੱਛਾ ਅਮਨਦੀਪ, ਲਗਾਤਾਰ ਘਟਨਾਵਾਂ ਵਾਪਰਦੀਆਂ ਨੇ ਮੁਕਤਸਰ ਦੇ ਵਿੱਚ, ਔਰਤ ਦੇ ਨਾਲ ਕੁੱਟਮਾਰ ਹੁੰਦੀ ਹੈ, ਇਸ ਤੋਂ ਪਹਿਲਾਂ ਵੀ ਔਰਤਾਂ ਦੇ ਨਾਲ ਛੇੜਛਾੜ ਦੇ ਮਾਮਲੇ, ਹੋਰ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਨੇ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਔਰਤਾਂ ਨੂੰ ਲੈ ਕੇ, ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੰਜੀਦਾ ਹੈ? ਸੀਟਸ ਜਿਹੜੀ ਸਿਚੁਏਸ਼ਨ ਆ ਉਹ ਇੱਦਾਂ ਆ ਕਿ ਜਨਰਲੀ ਆਪਣਾ ਜਿੰਨੀ ਵੀ ਪੰਜਾਬ 'ਚ ਕਹਿ ਲਈਏ ਜਾਂ ਪੂਰੇ ਇੰਡੀਆ ਤੌਰ 'ਤੇ ਕਹਿ ਲਈਏ, ਮੇਲ ਡੋਮੀਨੇਟਿੰਗ ਸੋਸਾਇਟੀ ਆ, ਅਤੇ ਮੇਲ ਡੋਮੀਨੇਟਿੰਗ ਸੋਸਾਇਟੀ 'ਚ ਕੀ ਹੁੰਦਾ ਆ, ਐਂਡ ਜਿੰਨਾ ਵੀ ਕੋਈ ਵੀ ਇਸ਼ੂ ਹੁੰਦਾ ਆ, ਕਿਸੇ ਦੀ ਕੁੱਟਮਾਰ ਹੋਈ ਆ, ਲੇਡੀ ਨਾਲ ਹੋਈ ਆ, ਜਾਂ ਕਿਸੇ ਹੋਰ ਕਿਸੇ ਵੀ ਪਰਸਨ ਨਾਲ ਹੋਈ ਆ, ਕਿਸੇ ਕੋਮਨ ਬੰਦੇ ਨਾਲ ਹੋਈ ਆ, ਇਟਸ ਟੋਟਲੀ ਲਾਈਕ ਅ ਪੋਲੀਟੀਕਲ ਏਜੰਡਾ, ਇਹਦੇ ਪਿੱਛੇ ਪੋਲੀਟੀਕਲ ਏਜੰਡਾ ਜੁੜਿਆ ਹੁੰਦਾ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਇੱਕ ਆਮ ਇਨਸਾਨ ਹੁੰਦਾ ਉਹ ਇਸ 'ਚ ਪਿਸ ਕੇ ਰਹਿ ਜਾਂਦਾ, ਮਤਲਬ ਮੈਨੂੰ ਤਾਂ ਇੱਦਾਂ ਲੱਗਦਾ ਕਿ ਸਾਰਾ ਹੀ ਪੋਲੀਟੀਕਲ ਏਜੰਡਾ ਆ। ਅਸੀਂ ਇਹ ਫੋਰ ਐਗਜ਼ਾਮਪਲ ਜੇ ਆਪਣਾ ਪੰਜਾਬ ਦੀ ਗੱਲ ਕਰੀਏ, ਤਾਂ ਆਪਣੇ ਪੰਜਾਬ 'ਚ ਦੋ ਮੇਨ ਲੇਡੀ ਲੀਡਰਸ ਨੇ, ਆਪਣੀ ਮਹਾਰਾਣੀ ਪਰਨੀਤ ਕੌਰ ਜੀ ਅਤੇ ਆਪਣੇ ਬਾਦਲ ਸਾਹਿਬ ਜੀ ਹਰਸਿਮਰਤ ਕੌਰ ਬਾਦਲ, ਅਤੇ ਦੋਨਾਂ ਨੂੰ ਜੇ ਦੇਖਿਆ ਜਾਏ ਤਾਂ ਦੋਨੇ ਬੜੇ ਤਰੀਕੇ ਨਾਲ ਇਹ ਚੀਜ਼ ਨੂੰ ਅੱਗੇ ਲੈ ਕੇ ਆ ਸਕਦੇ ਨੇ ਕਿ ਮਤਲਬ ਜੇ ਦੋਨੋਂ ਹੀ ਆਪਣੇ ਪੰਜਾਬ ਨੂੰ ਨੈਸ਼ਨਲ ਲੈਵਲ 'ਤੇ ਰਿਪ੍ਰਜੈਂਟ ਕਰਦੇ ਆ, ਜਿੱਦਾਂ ਆਪਣੇ ਬਾਦਲ ਬੀਬੀ ਜੀ ਸਿਆਸੀ ਏਜੰਡੇ ਦੇ ਉੱਤੇ ਔਰਤਾਂ ਨਹੀਂ। ਹਾਂਜੀ ਹਾਂਜੀ, ਉਹਨਾਂ ਨੂੰ ਮਤਲਬ ਜਿਸ ਚੀਜ਼ ਨੂੰ ਲੈ ਉਹ ਰਿਪ੍ਰਜੈਂਟ ਕਰ ਸਕਦੀਆਂ ਨੇ ਬਟ ਉਹ ਕਰਦੀਆਂ ਨਹੀਂ, ਉਹ ਕੁਛ ਹੋਰ ਹੀ ਏਜੰਡਾ, ਜਿੱਦਾਂ ਕਿਤੇ ਤੁਸੀਂ ਜੀ ਬਾਕੀ ਏਜੰਡੇ ਵੀ ਜ਼ਰੂਰੀ ਨੇ, ਕੋਈ ਇਸ 'ਚ ਗਲਤ ਗੱਲ ਨਹੀਂ ਆ, ਬਟ ਜੇ ਤੁਸੀਂ ਇੱਕ ਔਰਤ ਹੋ ਕੇ ਔਰਤ ਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਸਕੋ, ਤਾਂ ਮੈਨੂੰ ਲੱਗਦਾ ਉਹ ਤੋਂ ਵਧੀਆ ਗੱਲ ਕੁਛ ਹੋ ਨਹੀਂ ਸਕਦੀ। ਬਿਲਕੁਲ ਸਹੀ ਕਿਹਾ ਤੁਸੀਂ, ਪਰ ਸਵਾਲ ਇਹ ਹੈ ਕਿ ਜਦੋਂ ਪਿਛਲੀ ਵਾਰ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਬਦਲਾਵ ਕੀ ਦੇਖਦੇ ਹੋ ਸੁਰੱਖਿਆ ਨੂੰ ਲੈ ਕੇ? ਸੁਰੱਖਿਆ ਨੂੰ ਲੈ ਕੇ ਦੇਖ, ਵੈਸੇ ਜਨਰਲ ਮੈਂ ਸ਼ਾਇਦ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ, ਬਟ ਆਈ ਰੀਅਲੀ ਡੂ ਨੋਟ ਬਿਲੀਵ ਇਨ ਪੋਲੀਟੀਕਲ ਇਨ ਐਨੀ ਪਾਰਟੀ, ਆਈ ਐਮ ਨੋਟ ਸਪੋਰਟਿੰਗ ਐਨੀ ਪਾਰਟੀ, ਬਿਕੋਜ਼ ਭਾਵੇਂ ਸਰਕਾਰ ਬਾਦਲ ਆ ਜਾਵੇ, ਭਾਵੇਂ ਸਰਕਾਰ ਆਪਣੇ ਕੋਲ ਮਹਾਰਾਜਾ ਜੀ ਦੀ ਆ ਜਾਵੇ, ਦੋਨਾਂ 'ਚ ਹੋਣਾ ਤਾਂ ਕੁਛ ਨਹੀਂ ਹੈਗਾ, ਕੋਮਨ ਬੰਦੇ ਦਾ ਨੁਕਸਾਨ ਹੀ ਹੈ ਐਟ ਦੀ ਐਂਡ, ਕਿਉਂਕਿ ਉਹਨਾਂ ਦੇ ਆਪਣੇ ਕੁਛ ਪੋਲੀਟੀਕਲ ਏਜੰਡਾ ਪਹਿਲਾਂ ਹੀ ਉਹਨਾਂ ਦਾ ਹੁੰਦਾ ਆ, ਉਹ ਲੋਕਾਂ ਨੂੰ ਦਿਖਾਉਣ ਲਈ ਉਹਨਾਂ ਦਾ ਅਲੱਗ ਤੋਂ ਇੱਕ ਮੋਮੈਰੈਂਡ ਬਣਾ ਦਿੰਦੇ ਵੀ ਆ ਇਹਨਾਂ 'ਚ ਆਹ ਲਿਸਟਸ ਨੇ, ਬਟ ਉਹਨਾਂ ਦਾ ਆਲਰੇਡੀ ਪਿੱਛੋਂ ਹੀ ਸਭ ਕੁਛ ਸੈਟਅਪ ਹੁੰਦਾ ਕਿ ਅਸੀਂ ਆਹ ਸਰਕਾਰ ਆਈ ਤਾਂ ਅਸੀਂ ਆਹ ਕਰਨਾ ਜੀ, ਅਸੀਂ ਆਹ ਦਿਖਾਉਣਾ ਆ, ਅਤੇ ਮੈਨੂੰ ਕੁਛ ਖਾਸ ਡਿਫਰੈਂਸ ਤਾਂ ਦਿਖਦਾ ਨਹੀਂ। ਸੁਰੱਖਿਆ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਕਿ ਨਹੀਂ ਔਰਤਾਂ ਦੇ ਲਈ ਖਾਸ? ਜਿੰਨਾ ਕੁ ਮੈਨੂੰ ਲੱਗਦਾ, ਸ਼ਾਇਦ ਮੈਨੂੰ ਤਾਂ ਨਹੀਂ ਲੱਗਦਾ ਕਿ ਇੱਦਾਂ ਦਾ ਕੁਛ, ਕਿਉਂਕਿ ਘਟਨਾਵਾਂ ਪਹਿਲਾਂ ਵੀ ਹੋ ਰਹੀਆਂ ਸੀ, ਹੁੰਦੀਆਂ ਆ ਰਹੀਆਂ ਨੇ, ਅਤੇ ਹੁਣ ਵੀ ਚੱਲ ਹੀ ਰਹੀਆਂ ਨੇ, ਅਤੇ ਆਈ ਥਿੰਕ ਦੇਰ ਇਜ਼ ਨੋ ਸੱਚ ਡਿਫਰੈਂਸ ਜੀ। ਬਹੁਤ ਬਹੁਤ ਧੰਨਵਾਦ। ਹੋਰ ਨੌਜਵਾਨ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿ ਕਿੰਨੀ ਕੁ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅਸਲ ਮਾਇਨੇ ਦੇ ਵਿੱਚ ਸਹੀ ਹੋਈ ਹੈ ਜਾਂ ਵਿਗੜੀ ਹੈ, ਕਾਰਨ ਕੀ ਮੰਨਦੇ ਹੋ? ਕੀ ਨਾਮ ਹੈ ਜੀ ਤੁਹਾਡਾ? ਸਨੀ ਸਿੰਘ। ਅੱਛਾ ਸਨੀ ਜੀ, ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਦਮ ਸਰਕਾਰ ਚੁੱਕ ਰਹੀ ਹੈ? ਸਰਕਾਰ ਦੇਖੋ ਜੀ, ਲਾਅ ਐਂਡ ਆਰਡਰ ਹੈ, ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰਦੇ, ਉਹਦੀ ਪੂਰੀ ਜਿਹੜੀ ਹੌਲੀ ਸੋਲੀ ਜ਼ਿੰਮੇਵਾਰੀ ਉਹ ਪੁਲਿਸ ਦੀ ਹੁੰਦੀ ਹੈ, ਠੀਕ ਆ, ਪੁਲਿਸ ਨੇ ਉਹਦੇ 'ਤੇ ਕੰਮ ਕਰਨਾ ਹੈ। ਅਤੇ ਜਿਹੜੀ ਆਪਾਂ ਰੀਸੈਂਟ ਇੰਸੀਡੈਂਟ ਦੀ ਗੱਲ ਕਰੀਏ, ਜਿਹੜਾ ਮੁਕਤਸਰ ਦੀ ਘਟਨਾ ਰੀਸੈਂਟ ਸਾਡੇ ਸਾਹਮਣੇ ਹੋਈ ਆ, ਠੀਕ ਆ, ਚਾਹੇ ਉਹ ਫਤਿਹਵੀਰ ਦੀ ਘਟਨਾ ਵੀ ਉਹ ਤੋਂ ਪਹਿਲਾਂ ਹੋਈ ਆ, ਹੋਰ ਵੀ ਕਈ ਸਾਰੇ ਘਟਨਾਵਾਂ ਹੁੰਦੀਆਂ, ਠੀਕ ਆ, ਇੱਕ ਕੁਛ ਸਾਲ ਪਹਿਲਾਂ ਦੀ ਗੱਲ ਹੈ ਕਿ ਚੱਲਦੀ ਹੋਈ ਬੱਸ ਦੇ ਵਿੱਚੋਂ ਬੱਚੀ ਨੂੰ ਸੁੱਟਤਾ ਗਿਆ। ਤਾਂ ਸਰਕਾਰਾਂ ਕੋਈ ਵੀ ਹੁਣ, ਪਹਿਲਾਂ ਉਸ ਟਾਈਮ ਕਿਹੜੀ ਸਰਕਾਰ ਸੀ, ਹੁਣ ਕਿਹੜੀ ਸਰਕਾਰ ਹੈ, ਅਤੇ ਕਾਂਗਰਸ ਦੇ ਪਹਿਲਾਂ ਵੀ ਰਹੇ ਆ, ਠੀਕ ਆ ਨਾ, ਉਹ ਸਰਕਾਰਾਂ ਦੀ ਗੱਲ, ਠੀਕ ਆ, ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਪੁਲਿਸ ਜ਼ਿੰਮੇਵਾਰੀ ਆ, ਜਿਹੜੀ ਪੁਲਿਸ ਆ ਉਹ ਪਰਮਾਨੈਂਟ ਬਿਊਰੋਕਰੇਸੀ ਦਾ ਪਾਰਟ ਆ, ਠੀਕ ਆ, ਅਤੇ ਅਫਸਰਸ਼ਾਹੀ ਜਿੱਥੇ ਸਾਡੀ ਪੋਲੀਟੀਕਲ ਕਲਾਸ ਵੀ ਇੱਕ ਚੀਜ਼ ਦੀ ਹੈਂਕੜਵਾੜੀ ਦੇ ਵਿੱਚ ਬੈਠੀ ਆ, ਹੈਂਕੜਬਾਜ਼ੀ ਦੇ ਵਿੱਚ ਬੈਠੀ ਆ ਕਿ ਹਾਂ ਸਾਨੂੰ ਕੋਈ ਨਹੀਂ ਹਿਲਾ ਸਕਦਾ ਸੀ, ਇੱਕ ਵਾਰੀ ਬਣ ਗਿਆ ਮੁੜ ਕੇ ਡਰੋਬੈਕ ਦਾ ਕੋਈ ਵਾਪਸ ਨਹੀਂ ਹੈਗਾ।
ਕਿ ਪੰਜਾਬ ਪੁਲਿਸ ਖੁਦ ਜ਼ਿੰਮੇਵਾਰ ਹੈ ਨਸ਼ੇ ਦੇ ਬਦਲ ਲਈ। ਕੈਪਟਨ ਸਾਹਿਬ ਨੇ ਜਦੋਂ ਸਹੁੰ ਚੁੱਕੀ ਸੀ ਅਤੇ ਨਾਲ ਗੁਟਕਾ ਸਾਹਿਬ ਦੇ ਸਾਹਮਣੇ ਸ਼ਰੇਆਮ ਸਹੁੰ ਚੁੱਕੀ ਸੀ ਕਿ ਮੈਨੇਜਰ 'ਚ ਨਸ਼ਾ ਬਦਲ ਦਾਂਗਾ, ਨਸ਼ਾ ਕਿੱਥੇ ਗਿਆ? ਕੀ ਇੱਕ ਪਹਿਲੀ ਗੱਲ ਤਾਂ ਸਾਨੂੰ ਇਹ ਚੀਜ਼ ਦੇਖਣ ਦੀ ਲੋੜ ਹੈ, ਸਾਡਾ ਐਜੂਕੇਸ਼ਨ ਸਿਸਟਮ ਦੇ ਨਾਲ ਇਹ ਚੀਜ਼ ਜੁੜਦੀ ਹੈ। ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਮਾਸ ਐਜੂਕੇਸ਼ਨ ਸਿਸਟਮ ਹੈ। ਇੱਕ ਟੀਚਰ ਸਟੂਡੈਂਟ ਦੀ ਰੇਸ਼ੋ ਦੇਖ ਲਓ, ਜਿਹੜਾ RTE ਐਕਟ ਹੈ ਉਹਨੂੰ ਵੀ ਆਪਾਂ ਕਿਨਾਰੇ ਕਰਤਾ, ਅਤੇ ਸਟੂਡੈਂਟ ਟੀਚਰ ਦੀ ਰੇਸ਼ੋ ਘੱਟ ਹੋਣੀ ਚਾਹੀਦੀ ਆ, ਉੱਥੇ 60-60 ਬੱਚੇ ਆ। ਉਹੀ ਸਾਡਾ ਮਾਸ ਸਿਸਟਮ ਹੈਗਾ ਕਿ ਇੱਕ ਮੁੱਖ ਮੰਤਰੀ ਕਿਸੇ ਵੀ ਸਟੇਟ ਦਾ, ਜੇ ਪੰਜਾਬ ਦੀ 2 ਕਰੋੜ ਦੀ ਆਬਾਦੀ ਆ ਤਾਂ ਉਹਨੂੰ ਇੱਕ ਮੁੱਖ ਮੰਤਰੀ ਰਿਪ੍ਰਜੈਂਟ ਕਰਦਾ, ਉਹ ਤਾਂ ਆਪਣੇ MLAs ਨੂੰ ਨਹੀਂ ਮਿਲਦੇ। ਅੱਛਾ, ਦੂਜੀ ਗੱਲ ਇਹ ਹੈ ਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਕਿਤੇ ਨਾ ਕਿਤੇ ਜਿਹੜੀ ਕ੍ਰਾਈਮ ਵੱਧਦਾ ਜਾ ਰਿਹਾ ਉਹਦੇ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਰੋਲ ਅਦਾ ਕਰ ਰਹੀ, ਕਿਉਂਕਿ ਬੇਰੁਜ਼ਗਾਰੀ ਕਰਕੇ ਲੁੱਟਾਂ ਖੋ ਰਹੀਆਂ। ਫਿਰ ਬੇਰੁਜ਼ਗਾਰੀ ਕਿਵੇਂ ਘੱਟ ਕਰੇਗੀ, ਉਸਦੇ ਨਾਲ ਕ੍ਰਾਈਮ ਕਿਵੇਂ ਘੱਟ ਹੋਵੇਗਾ? ਦੇਖੋ ਜੀ, ਇਹ ਤਾਂ ਤੁਸੀਂ ਨਾ ਪਿਛਲੇ 10 ਸਾਲਾਂ ਦੇ 20 ਸਾਲਾਂ ਦੇ ਇਲੈਕਸ਼ਨ ਮੈਨੀਫੈਸਟੋ ਚੱਕ ਕੇ ਦੇਖ ਲਓ। ਮੇਰਾ ਇਹ ਮੰਨਣਾ ਵੀ ਇਲੈਕਸ਼ਨ ਮੈਨੀਫੈਸਟੋ ਸਾਰੀਆਂ ਪਾਰਟੀਆਂ ਦੇ ਇਕੱਠੇ ਕਰ ਲਓ, ਪਹਿਲਾ ਪੇਜ ਪਾੜ ਦਿਓ, ਉਹਨੂੰ ਮਿਕਸ ਕਰ ਲਓ, ਤੁਸੀਂ ਮੈਨੂੰ ਸ਼ਰਤ ਲਾ ਕੇ ਕੱਢ ਕੇ ਦਿਖਾ ਦਿਓ ਕਿਹੜਾ ਮੈਨੀਫੈਸਟੋ ਕਿਸ ਪਾਰਟੀ ਦਾ। ਸਾਡੇ ਕੋਲ ਪਾਲਿਸੀ ਨਹੀਂ ਹੈ, ਰਲੇ ਮਿਲੇ ਮੈਨੀਫੈਸਟੋ ਬਣਾਏ, ਰਲੇ ਮਿਲੇ ਮੈਨੀਫੈਸਟੋ। ਸਾਡੇ ਕੋਲ ਪਾਲਿਸੀ ਨਹੀਂ ਹੈ, ਤੁਸੀਂ ਕਿਹੜੀ ਚੀਜ਼ ਦੀ ਪਾਲਿਸੀ ਗੱਲ ਕਰਦੇ ਆ? ਰੈਸਕਿਊ ਮੈਨੇਜਮੈਂਟ NDRF ਲੱਗੀ ਰਹੀ, NDRF ਖੁਦ ਕਰ ਰਹੀ, ਸਾਡੇ ਕੋਲ 50 ਫੁੱਟ ਤੋਂ ਗਾਂਦਾ ਹੈ ਨਹੀਂ ਸੀ। ਸਾਡੀ NDRF ਇਹਦੇ ਲਈ ਤਿਆਰ ਹੀ ਨਹੀਂ ਹੈ, ਆਪਾਂ ਉਦੋਂ ਤਿਆਰ ਹੁੰਦੇ ਹਾਂ, ਮਤਲਬ ਆਪਾਂ ਨੂੰ ਉਹ ਨੱਕ ਦੇ ਦੀਵਾ ਬਾਲਣ ਵਾਲੀ ਗੱਲ ਹੈ ਵੀ ਜਦੋਂ ਕੰਮ ਹੋ ਗਿਆ, ਘਟਨਾ ਹੋ ਗਈ, ਜਿੱਦਾਂ ਪੁਲਿਸ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਤੋਂ ਬਾਅਦ ਪਹੁੰਚਦੀ ਆ, ਉਹ ਤੋਂ ਬਾਅਦ ਪਹੁੰਚਣ ਵਾਲੀ ਗੱਲ ਆ। ਤੁਹਾਡਾ ਸਵਾਲ ਮੈਂ ਭੁੱਲ ਗਿਆ ਜੀ, ਤੁਸੀਂ ਮੈਨੂੰ ਹੁਣੀ ਕੀਤਾ ਸੀ। ਮੈਂ ਕਹਿ ਰਿਹਾ ਸੀ ਕਿ ਜਿਹੜੀ ਬੇਰੁਜ਼ਗਾਰੀ ਦੇ ਲਈ, ਬੇਰੁਜ਼ਗਾਰੀ 'ਤੇ ਮੈਂ ਗੱਲ ਕਰਨਾ, ਦੇਖੋ ਬੇਰੁਜ਼ਗਾਰੀ ਦੀ ਗੱਲ ਕਰੀਏ, ਜਦੋਂ ਫਤਿਹਵੀਰ ਦਾ ਤੁਸੀਂ ਇੰਸੀਡੈਂਟ ਕਵਰ ਕੀਤਾ ਹੋਏਗਾ, ਉਹਨੂੰ ਦੇਖਣ ਲਈ ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸੀ, ਸਰਕਾਰੀ ਨੌਕਰੀ ਵਾਲੇ ਤਾਂ ਨਹੀਂ ਸੀ, ਤੁਸੀਂ ਬਤੌਰ ਮੀਡੀਆ ਪਰਸਨ ਚਲੇ ਗਏ ਹੋਵੋਗੇ, ਠੀਕ ਹੈ, ਸਰਕਾਰੀ ਨੌਕਰ ਉੱਥੇ ਨਹੀਂ ਬੈਠੇ ਸੀਗੇ, ਠੀਕ ਹੈ। ਭਗਵੰਤ ਮਾਨ ਨੇ ਵੀ ਇੱਕ ਬੈਂਟ ਕੀਤਾ ਜੀ ਵੀ ਜਦੋਂ ਰੈਲੀਆਂ ਹੁੰਦੀਆਂ, ਪੋਲੀਟਿਕਲ ਰੈਲੀਆਂ, ਉੱਥੇ ਸਰਕਾਰੀ ਕੰਮ ਕਰਦੇ, ਜਿਹੜੇ ਰੈਗੂਲਰ ਕੰਮ ਕਰਦੇ, ਔਰਗਨਾਈਜ਼ ਸੈਕਟਰ ਲੱਗੇ ਹੋਏ, ਚਾਹੇ ਸਰਕਾਰੀ ਹੈ ਚਾਹੇ ਕੋਈ ਵੀ ਔਰਗਨਾਈਜ਼ਡ ਆ, ਉਹ ਨਹੀਂ ਜਾਂਦੇ, ਭੀੜ ਵਧਾਉਂਦੀ ਆ, ਚਾਹੇ ਉਹ ਪੇਡ ਹੋਵੇ, ਠੀਕ ਹੈ। ਇੱਕ ਇੱਥੇ ਕਿਸੇ ਲੀਡਰ ਦੀ ਰੈਲੀ ਸੀਗੀ, ਉਹਨੇ ਥੈਂਕਸਗਿਵਿੰਗ ਰੈਲੀ ਕੀਤੀ, ਥੈਂਕਸਗਿਵਿੰਗ ਰੈਲੀ ਦੇ ਵਿੱਚ ਜਦੋਂ ਪਹੁੰਚੇ ਤਾਂ ਉੱਥੇ ਜਦੋਂ ਦੂਜੇ ਪਾਸੇ ਲੰਗਰ ਲੱਗ ਗਿਆ, ਲੋਕ ਸਾਰੇ ਲੰਗਰ ਖਾਣੇ ਚਲੇ ਗਿਆ, ਭੀੜ ਉੱਥੇ ਇਕੱਠੀ ਕਿਤੇ ਜਾਂਦੀ ਹੈ। ਜੇ ਬੇਰੁਜ਼ਗਾਰ ਨਹੀਂ ਹੋਣਗੇ ਤਾਂ ਪੋਲੀਟਿਕਲ ਰੈਲੀ ਦੀ ਭੀੜ ਕੌਣ ਵਧਾਏਗਾ? ਮੇਰਾ ਇਹ ਸਵਾਲ ਹੈ। ਬੇਰੁਜ਼ਗਾਰ ਨੂੰ ਬੇਰੁਜ਼ਗਾਰ ਰੱਖਿਆ ਜਾਂਦਾ, ਗਰੀਬ ਨੂੰ ਗਰੀਬ ਰੱਖਿਆ ਜਾਂਦਾ ਤਾਂ ਕਿ ਅਗਲੇ ਸਾਲ ਉਹ ਮੁੱਦਾ ਬਣ ਸਕੇ। ਗੱਲ ਖਤਮ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕਿਤੇ ਨਾ ਕਿਤੇ ਇਹਨਾਂ ਨੇ ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਦੱਸਿਆ, ਜਿਸ ਦੇ ਨਾਲ ਕ੍ਰਾਈਮ ਹੈ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ। ਅਤੇ ਕੁਝ ਹੋਰ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਉਹ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸ਼ਿਕਸ਼ਿਤਾ। ਅੱਛਾ, ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਜਾਂ ਚੰਡੀਗੜ੍ਹ ਦੇ ਵਿੱਚ ਸੁਰੱਖਿਆ ਵਿਵਸਥਾ ਹੈਗੀ ਹੈ ਔਰਤਾਂ ਦੇ ਲਈ? ਹਾਂਜੀ ਹਾਂਜੀ, ਮੈਂ ਫੀਲ ਕਰਦੀ ਹਾਂ ਕਿ ਜੇ ਮਤਲਬ ਤੁਸੀਂ ਯੂਨੀਵਰਸਿਟੀ ਦਾ ਲੈ ਕੇ ਚਲੋ, ਐਜ਼ ਐਨ ਸਟੂਡੈਂਟ ਲੈਵਲ ਲੈ ਕੇ ਚਲੋ, ਤਾਂ ਅਸੀਂ ਵੀ ਆਰ ਸੇਫ ਹੇਅਰ। ਅੱਛਾ, ਜਿਹੜੇ ਸਟੂਡੈਂਟ ਨੇ ਉਹਨਾਂ ਦੇ ਲਈ ਸੁਰੱਖਿਆ ਦੇ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਜਾਂ ਹੋਰ ਸਰਕਾਰਾਂ? ਹਾਂਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰਵਨੀਤ। ਅੱਛਾ ਰਵਨੀਤ, ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਪੂਰੇ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਦੇ ਦਾਅਵੇ ਕੀਤੇ ਜਾਂਦੇ ਨੇ, ਅਕਾਲੀ ਭਾਜਪਾ ਦੇ ਵੱਲੋਂ ਵੀ ਕੀਤੇ ਜਾਂਦੇ ਰਹੇ ਨੇ, ਅਤੇ ਉਸ ਤੋਂ ਵੀ ਜ਼ਿਆਦਾ ਵੱਡੇ ਦਾਅਵੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਦੇ ਵਿੱਚ ਕਾਂਗਰਸ ਸਰਕਾਰ ਬਣਦੀ ਹੈ, ਕਾਂਗਰਸ ਦੀ ਸਰਕਾਰ ਬਣਦੀ ਹੈ ਅਤੇ 2.5 ਸਾਲ ਬੀਤ ਜਾਂਦੇ ਨੇ, ਇਹਨਾਂ 2.5 ਸਾਲਾਂ ਦੇ ਵਿੱਚ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਦੀ ਜਿਹੜੀ ਕਾਰਵਾਈ ਹੈ ਉਹ ਵਧੀਆ ਹੋਈ ਹੈ ਪਿਛਲੇ ਮੁਕਾਬਲੇ? ਦੇਖੋ, ਇੱਥੇ 2 ਪੋਸੀਬਿਲਟੀਜ਼ ਨੇ। ਇੱਕ ਤਾਂ ਹੈ ਕਿ ਲੈਕ ਆਫ ਅਵੇਅਰਨੈਸ, ਕੁਛ ਤਾਂ ਵੁਮੈਨ ਦੇ ਵਿੱਚ ਵੀ ਅਵੇਅਰਨੈਸ ਲੈਕ ਹੈਗੀ ਹੈ ਕਿ ਅਗਰ ਆਪਾਂ ਛੋਟੇ ਟਾਊਨਸ ਦੇ ਵਿੱਚ ਜਾਂਦੇ ਹਾਂ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਅਗਰ ਉਹਨਾਂ 'ਤੇ ਵਾਇਲੈਂਸ ਹੋ ਰਿਹਾ ਜਾਂ ਕੁਛ ਵੀ ਹੋ ਰਿਹਾ, ਡੋਮੈਸਟਿਕ ਵਾਇਲੈਂਸ ਵੀ ਹੋ ਰਿਹਾ, ਉਹ ਅੱਗੇ ਨਿਕਲਦੇ ਹੀ ਨਹੀਂ ਹੈ। ਅਗਰ ਉਹ ਬਾਹਰ ਨਿਕਲਣਗੇ ਬੋਲਣਗੇ ਤਾਂ ਹੀ ਉਹਨਾਂ ਦੀ ਕੋਈ ਸੇਫਟੀ ਲਈ ਮੈਂਟਸ ਲਏ ਜਾਣਗੇ। ਬਟ ਦੂਸਰਾ ਫੈਕਟਰ ਇਹ ਹੈ ਕਿ ਜਿੱਥੇ ਲਿੱਤੇ ਜਾ ਰਹੇ ਹੈ ਉਹਨਾਂ ਨੂੰ ਦੇਖ ਕੇ ਉਹ ਡੋਮੈਸਟਿਕ ਵਾਇਲੈਂਸ ਵਾਲੇ ਵੀ ਮਤਲਬ ਅਗਰ ਲੋ ਏਰੀਆ ਦੇ ਦੇਖੇ ਉਹ ਦੱਬ ਜਾਂਦੇ ਨੇ ਕਿਉਂਕਿ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ। ਜੇ ਉਹ ਅੱਗੇ ਹੋ ਕੇ ਇਨੀਸ਼ੀਏਟਿਵ ਲੈ ਰਹੇ ਹੈ, ਆਪਣੇ ਲਈ ਜਸਟਿਸ ਮੰਗ ਰਹੇ ਹੈ, ਬਟ ਉਹਨਾਂ ਨੂੰ ਉਹ ਜਸਟਿਸ ਮਿਲਦੀ ਨਹੀਂ ਹੈ ਕਿਉਂਕਿ ਕਿਤੇ ਨਾ ਕਿਤੇ ਪੋਲੀਟੀਕਲ ਏਜੰਡਾ ਆਉਂਦਾ ਅਤੇ ਉਹ ਕਿਤੇ ਨਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾ ਦਿੰਦੇ ਨੇ। ਸੋ ਇਹੀ ਹੈ ਕਿ 2 ਏਜੰਡਾਜ਼ ਨੇ। ਅੱਛਾ, ਇਹ ਤਾਂ ਰਹੀ ਔਰਤਾਂ ਦੀ ਸੁਰੱਖਿਆ ਦੀ ਗੱਲ, ਜੇ ਅਸੀਂ ਪੂਰੇ ਓਵਰਆਲ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ, ਕਾਨੂੰਨ ਵਿਵਸਥਾ ਦੀ ਗੱਲ ਕਰੀਏ, ਤਾਂ ਤੁਹਾਨੂੰ ਲੱਗਦਾ ਕਿ ਪੁਲਿਸ ਜੋ ਲੋਕਾਂ ਦੀ ਸੇਫਟੀ ਦੇ ਲਈ ਕਦਮ ਚੁੱਕਦੀ ਹੈ, ਅਤੇ ਉਹ ਸਿਆਸਤਦਾਨ ਜੋ ਲੋਕਾਂ ਦੇ ਲਈ, ਲੋਕਾਂ ਦੀਆਂ ਦੇਖਭਾਲ ਦੇ ਲਈ, ਲੋਕਾਂ ਦੇ ਲਈ ਹਰ ਚੰਗੇ ਫੈਸਲੇ, ਚੰਗੇ ਮਾੜੇ ਦੀ ਜਿਹੜੀ ਪਰਖ ਕਰਕੇ ਹਰ ਫੈਸਲੇ ਲਾਗੂ ਕਰਦੀਆਂ ਨੇ ਸਰਕਾਰਾਂ, ਤੁਹਾਨੂੰ ਲੱਗਦਾ ਕਿ ਲੋਕਾਂ ਦੇ ਲਈ ਚੰਗੇ ਫੈਸਲੇ, ਕਾਨੂੰਨ ਵਿਵਸਥਾ ਬਿਹਤਰੀਨ ਹੈ ਪੰਜਾਬ ਦੇ ਵਿੱਚ? ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਕਾਰਨ ਕੀ ਮੰਨਦੇ ਹੋ? ਕਾਰਨ ਆਈ ਕੈਂਟ ਸੇ ਕਿ ਮਤਲਬ ਪੋਲੀਟੀਕਲ ਪ੍ਰੈਸ਼ਰ, ਤੁਸੀਂ ਕਹਿ ਸਕਦੇ ਹੋ ਕਿ ਅਗਰ ਤੁਸੀਂ ਆਪਣੀ ਕੰਪਲੇਂਟ ਲੈ ਕੇ ਜਾ ਰਹੇ ਹੋ ਕਿਤੇ, ਪੁਲਿਸ ਸਟੇਸ਼ਨ 'ਚ ਵੀ ਜਾ ਰਹੇ ਹੋ, ਕਿਤੇ ਵੀ ਜਾ ਰਹੇ ਹੋ, ਉਹ ਜਸ
ਬਹੁਤ ਬਹੁਤ ਧੰਨਵਾਦ। ਸੋ ਔਰਤਾਂ ਦੇ ਨਾਲ ਲੜਕੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਦੇ ਉੱਤੇ ਗੱਲਬਾਤ ਆਉਂਦੀ ਹੈ, ਮੁੱਖ ਮੰਤਰੀ ਸਾਹਿਬ ਦੇ ਦਾਅਵੇ ਆਉਂਦੇ ਨੇ ਉਹਨਾਂ ਦੇ ਵਿਚਕਾਰ, ਲੋਕਾਂ ਦੇ ਇਹ ਵੀ ਇਲਜ਼ਾਮ ਨੇ ਕਿ ਕਿਤੇ ਨਾ ਕਿਤੇ ਸਿਆਸਤ ਪੁਲਿਸ ਦੇ ਕਾਰਵਾਈ ਦੇ ਉੱਤੇ ਭਾਰੂ ਪੈ ਰਹੀ ਹੈ, ਜਿਸ ਦੀ ਵਜ੍ਹਾ ਦੇ ਨਾਲ ਨਾ ਤਾਂ ਲੋਕਾਂ ਦੀ ਸੁਣਵਾਈ ਹੁੰਦੀ ਹੈ ਅਤੇ ਨਾਲ ਦੀ ਨਾਲ ਜਿਹੜੀ ਕਾਨੂੰਨ ਵਿਵਸਥਾ ਵੀ ਉਹ ਵੀ ਪੰਜਾਬ ਦੇ ਵਿੱਚ ਲਗਾਤਾਰ ਵਿਗੜਦੀ ਜਾ ਰਹੀ ਹੈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੁਝ ਹੋਰ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ, ਕਾਰਨ ਕੀ ਨੇ? ਸਤਿ ਸ਼੍ਰੀ ਅਕਾਲ ਜੀ। ਕਾਰਨ ਤਾਂ ਸਰ ਨਸ਼ਾ ਹੀ ਹੈ। ਅੱਛਾ, ਨਸ਼ਾ ਇਹਦਾ ਮੇਨ ਕਾਰਨ ਹੈ। ਨਾਮ ਕੀ ਹੈ ਤੁਹਾਡਾ? ਸੁਖਵੰਤ ਸਿੰਘ। ਅੱਛਾ ਸੁਖਵੰਤ ਜੀ, ਇਸ ਤੋਂ ਇਲਾਵਾ ਵੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆਈ ਸੀ ਕਿ ਸਾਰੀਆਂ ਕ੍ਰਾਈਮ ਦੇ ਨਾਲ ਜੁੜੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ, ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੋ ਘਟਨਾਵਾਂ ਅਕਾਲੀ ਸਰਕਾਰ ਦੇ ਸਮੇਂ ਵਾਪਰਦੀਆਂ ਰਹੀਆਂ ਉਹਨਾਂ ਦੇ ਵਿੱਚ ਹੁਣ ਕਾਂਗਰਸ ਦੀ ਸਰਕਾਰ ਸਮੇਂ ਕੋਈ ਕਮੀ ਆਈ ਹੈ? ਨਾ, ਕਮੀ ਤਾਂ ਕੋਈ ਨਹੀਂ, ਉਹੀ ਹਾਲ ਚੱਲ ਰਿਹਾ। ਵਾਧਾ ਹੋਇਆ? ਵਾਧਾ ਹੀ ਹੋਇਆ, ਕੋਈ ਕਮੀ ਨਹੀਂ। ਅੱਛਾ, ਮੁਕਤਸਰ ਦੀ ਘਟਨਾ ਤਾਂ ਤੁਸੀਂ ਦੇਖੀ ਹੋਵੇਗੀ, ਵਾਇਰਲ ਹੋਈ ਹੈ, ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਾਂਗਰਸੀ ਨੁਮਾਇੰਦਾ ਹੈ, ਅਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੀ ਸ਼ਹਿ ਦੇ ਉੱਤੇ ਇਹੋ ਜਿਹੇ ਕੰਮ ਹੋ ਰਹੇ ਨੇ? ਦੇਖੋ ਜੀ, ਬਗੈਰ ਸ਼ਹਿ ਤੋਂ ਕੰਮ ਨਹੀਂ ਹੁੰਦਾ ਕੋਈ ਵੀ, ਉਹਨੂੰ ਪਤਾ ਮੇਰਾ ਕੌਂਸਲਰ ਭਰਾ ਹੈਗਾ, ਮੈਨੂੰ ਛਡਾ ਲਏਗਾ, ਤਾਂ ਕਰਕੇ ਇਹੋ ਜਿਹਾ ਕੰਮ ਹੁੰਦਾ, ਆਮ ਬੰਦਾ ਨਹੀਂ ਇਹੋ ਜਿਹੇ ਕੰਮ ਕਰਦਾ। ਅੱਛਾ, ਕਿਤੇ ਨਾ ਕਿਤੇ ਪੁਲਿਸ ਵਿਵਸਥਾ ਵੀ ਇਹਦੇ ਇਸ ਮਾਮਲੇ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕੋਈ ਇਕੱਲਾ ਇਹੀ ਮਾਮਲਾ ਨਹੀਂ, ਹੋਰ ਵੀ ਬਹੁਤ ਸਾਰੇ ਮਾਮਲੇ ਵਾਪਰ ਰਹੇ ਨੇ, ਘਟਨਾਵਾਂ ਦੇ ਵਿੱਚ ਪੁਲਿਸ ਦੀ ਕੀ ਕਾਰਗੁਜ਼ਾਰੀ ਹੈ, ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਉਹ ਸਾਹਮਣੇ ਨਹੀਂ ਆ ਰਹੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਢਿੱਲੀ ਹੈ? ਢਿੱਲੀ ਤਾਂ ਹੈਗੀ ਹੈ, ਪੁਲਿਸ ਵੀ ਜੇ ਪੂਰਾ ਕੱਸ ਕੇ ਰੱਖਿਆ ਹੈਗਾ ਫਿਰ ਇਹੋ ਜਿਹੇ ਕੰਮ ਹੁੰਦੇ ਨਹੀਂ ਹੈਗੇ, ਪੁਲਿਸ ਵੀ ਥੋੜ੍ਹੀ ਢਿੱਲ ਛੱਡ ਦਿੰਦੀ ਹੈ। ਅੱਛਾ, ਉਹ ਸ਼ਹਿਰ ਦੀ ਘਟਨਾਵਾਂ ਸੀ, ਤੁਹਾਨੂੰ ਕੀ ਲੱਗਦਾ ਕਿ ਪਿੰਡਾਂ ਦੇ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਉਸ ਤਰ੍ਹਾਂ ਵਾਪਰ ਰਹੀਆਂ ਨੇ? ਉਹੀ ਦੇਖੋ ਜੀ, ਨਸ਼ੇ ਵਾਲੇ ਬੰਦੇ ਜਿਹੜੇ ਇਹ ਵੀ ਚੋਰੀਆਂ ਚੋਰੀਆਂ ਕਰਦੇ ਹੈਗੇ, ਇਹਨਾਂ ਦਾ ਨਸ਼ਾ ਕਿਤੇ ਨਸ਼ੇ ਤੇ ਜਦ ਤੱਕ ਨਸ਼ੇ ਤੇ ਨਕੇਲ ਨਹੀਂ ਕਸ਼ ਹੁੰਦੀ ਜਦ ਤੱਕ ਕੁਛ ਨਹੀਂ ਹੋਣਾ, ਨਸ਼ੇ ਤੇ ਰੋਕ ਲੱਗਣੀ ਚਾਹੀਦੀ ਹੈ। ਅੱਛਾ, ਬੇਰੁਜ਼ਗਾਰੀ ਵੀ ਫਿਰ ਇਹਦੇ ਵਿੱਚ ਇੱਕ ਕਾਰਨ ਹੋ ਸਕਦੀ, ਕਿਉਂਕਿ ਬੇਰੁਜ਼ਗਾਰੀ ਨਹੀਂ ਫਿਰ ਨਸ਼ੇ ਦੇ ਕਰਕੇ ਲੁੱਟਮਾਰ ਕੀਤੀ ਜਾਂਦੀ ਹੈ? ਪੜ੍ਹੇ ਲਿਖੇ ਲੋਕ ਹੈ, ਨੌਕਰੀਆਂ ਮਿਲਦੀਆਂ ਨੇ, ਕੁਝ ਨਾ ਕੁਛ ਤਾਂ ਫਿਰ ਉਹਨਾਂ ਨੇ ਕਰਨਾ ਹੀ ਹੈ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸੁਮਾ ਸਿੰਘ ਹੈ ਜੀ। ਅੱਛਾ ਸੁਮਾ ਜੀ, ਘਟਨਾਵਾਂ ਵਾਪਰ ਰਹੀਆਂ ਨੇ ਦੇਸ਼ ਦੇ ਵਿੱਚ, ਕ੍ਰਾਈਮ ਹੋ ਰਿਹਾ, ਵੱਧ ਰਿਹਾ, ਕਾਰਨ ਕੀ ਮੰਨਦੇ ਹੋ ਕਿ ਕੀ ਕਾਰਨ ਹੈ ਇਹਦੇ ਪਿੱਛੇ? ਭਾਜੀ, ਸਾਨੂੰ ਤਾਂ ਇਹੋ ਜਿਹਾ ਪਤਾ ਨਹੀਂ, ਨਸ਼ਾ ਹੀ ਹੈ, ਹੋਰ ਕਿਆ। ਅੱਛਾ, ਨਸ਼ੇ ਨੂੰ ਇੱਕ ਮੇਨ ਕਾਰਨ ਮੰਨਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਵਤਾਰ ਸਿੰਘ ਜੀ। ਅੱਛਾ ਅਵਤਾਰ ਜੀ, ਕਾਰਨ ਕੀ ਹੈ ਕਿ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਰੋਕਣ ਦੇ ਵਿੱਚ ਪੁਲਿਸ ਨਾਕਾਮ ਹੋ ਰਹੀ ਹੈ, ਪਿੰਡਾਂ ਦੇ ਵਿੱਚ ਵੀ ਹੋ ਰਹੀਆਂ ਨੇ, ਸ਼ਹਿਰਾਂ ਦੇ ਵਿੱਚ ਵੀ ਹੋ ਰਹੀਆਂ ਨੇ, ਔਰਤਾਂ ਦੇ ਨਾਲ ਵੀ ਕੁੱਟਮਾਰ ਹੋ ਰਹੀ ਹੈ, ਕਿਤੇ ਨਾ ਕਿਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਨੇ? ਦੇਖੋ ਜੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਗੱਲ ਇਹ, ਜਿਹੜੀ ਪੁਲਿਸ ਹੈ ਇਹ ਸਰਕਾਰ ਕੇ ਮੁੱਠੀ ਮਾਂ, ਪੁਲਿਸ ਜੇ ਪੁਲਿਸ ਨੂੰ ਜਿਤਨਾ ਕਹਿਣਾ ਪੁਲਿਸ ਵਾਲਿਆਂ ਨੂੰ ਉਤਨਾ ਇਹਨਾਂ ਨੇ ਕਰਨਾ ਪੁਲਿਸ ਵਾਲਿਆਂ ਨੇ, ਸਰਕਾਰ ਨਹੀਂ ਬਣਾਉਣਾ, ਸਰਕਾਰ ਨਹੀਂ ਢਾਉਣਾ। ਸਭ ਤੋਂ ਬੜੀ ਗੱਲ ਹੈ ਜਿਹੜੀ ਨਸ਼ੇ ਵਾਲੀ ਹੈ, ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਉਹ 4 ਹਫ਼ਤੇ ਹੈ ਵੀ ਉਹ ਕਿੱਥੇ ਗਏ? ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹਨਾਂ ਨੇ ਕਿਹਾ ਤਾ ਵੀ ਮੈਂ 4 ਹਫ਼ਤੇ ਮਾ ਨਸ਼ਾ ਬੰਦ ਕਰ ਦੂੰਗਾ, ਉਹ 4 ਹਫ਼ਤੇ ਹੁੰਦੇ ਹੁੰਦੇ ਕਿੰਨੇ ਕਿੰਨਾ ਯੁੱਗ ਬੀਤ ਗਿਆ, ਕਿੰਨੇ ਸਾਲ ਲੰਘ ਗਏ। ਮੈਂ ਇਹ ਗੱਲ ਚਾਹੁੰਦਾ ਵੀ ਸਭ ਤੋਂ ਬੜੀ ਗੱਲ ਤਾਂ ਬੇਰੁਜ਼ਗਾਰੀ ਵਾਲੀ ਹੈ, ਨਿਆਣੇ ਸਾਡੇ ਪੜ੍ਹੇ ਫਿਰਦੇ ਨੇ, ਪੜ੍ਹ ਪੜ੍ਹ ਕੇ ਘਰਾਂ 'ਤੇ ਕਰਜ਼ੇ ਪਾ ਲੈ ਕੇ ਨਿਆਣੇ ਪੜ੍ਹਾਏ ਵੇ, ਉਹ ਫਿਰ ਨਹੀਂ ਜਾਂ ਰੁਜ਼ਗਾਰ ਮਿਲਦਾ ਉਹਨਾਂ ਨੂੰ, ਫਿਰ ਨਿਆਣੇ ਕਰੂੰਗੇ ਕਿਆ? ਇਹੀ ਕੰਮ ਕਰੂੰਗੇ, ਚੋਰੀਆਂ ਕਰੂੰਗੇ ਜਾਂ ਖਾਣੇ ਨੂੰ ਨਹੀਂ ਮਿਲਣਾ ਹੈ। ਨੰਬਰ 2 ਆਪਣਾ ਆਹ ਜਿਹੜੀ ਕੁੱਟਮਾਰ ਵਾਲੀ ਗੱਲ ਕਰਦੇ, ਇਹ ਤਾਂ ਸਾਡੇ ਪੰਜਾਬਾਂ ਕੋਈ ਬਾਂਗਡੋਰ ਕਿਸੇ ਦੇ ਹੱਥ ਮੈਂ ਹੈ ਨਹੀਂ। ਜਿਹੜੀ ਪਾਲਟੀ ਹੈ, ਕਾਂਗਰਸ ਸਰਕਾਰ ਹੈ ਜਿਹੜੀ, ਇਹ ਆਪਣੇ ਆਪ ਮੈਂ ਖਿੱਚਦਾ ਹੋਈ ਵੀ ਉੱਧਰ ਸਿੱਧੂ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾਵਾਂ ਅਤੇ ਆਪਣਾ ਰਾਜਾ ਕਹਿੰਦਾ ਮੈਂ ਹੀ ਰਹਾਂ ਮੁੱਖ ਮੰਤਰੀ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ, ਜੇਕਰ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਕ੍ਰਾਈਮ ਉਸ ਤਰ੍ਹਾਂ ਹੀ ਵਾਪਰ ਰਿਹਾ, ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਨੇ? ਉਸੀ ਤਰ੍ਹਾਂ ਹੈ ਬਾਈ, ਉਸੀ ਤਰ੍ਹਾਂ। ਅੱਛਾ, ਪੁਲਿਸ ਪ੍ਰਸ਼ਾਸਨ ਦੀ ਕੀ ਭੂਮਿਕਾ ਹੈ ਫਿਰ ਪਿੰਡਾਂ ਦੇ ਵਿੱਚ ਕ੍ਰਾਈਮ ਰੋਕਣ ਦੇ ਲਈ? ਉਹੀ ਕੰਮ ਹੈ ਹਰੇਕ ਜਗ੍ਹਾ ਹੀ, ਜੇ ਜਿਗਾ ਬੜੇ ਬੰਦੇ ਦਾ ਫੋਨ ਆ ਗਿਆ ਬਸ ਵੀ ਮੈਂ ਕਾਂਗਰਸੀ ਹਾਂ, ਇਹਨਾਂ ਨੇ ਪਹਿਲਾਂ ਵੀ ਵੋਟਾਂ ਬਾਰੇ ਜਦ ਵੋਟਾਂ ਹੋਈਆਂ ਤੀਆਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਜਿਹੜੇ ਪਹਿਲੇ ਬਦਲੇ ਲੈਣੇ ਇਹ ਵੀ ਪੁਲਿਸ ਵਾਲੇ ਨੂੰ ਅਸੀਂ ਖੁੰਡਾ ਲੈ ਕੇ ਅਸੀਂ ਪੁਲਿਸ ਵਾਲੇ ਨੂੰ ਆਪ ਪੁੱਛੂਗੇ ਜਾ ਕੇ ਥਾਣੇ ਵਿੱਚ ਵੀ ਮੇਰੇ ਬੰਦੇ ਦਾ ਕਿਉਂ ਨਹੀਂ ਕੰਮ ਹੋਇਆ, ਇਹ ਕਿਹੜਾ ਸੀ ਜੱਸੀ ਖਮਨੀ ਕਿਹੜਾ ਸੀ ਉਹਨੇ ਕਿਹਾ ਤਾ ਉੱਧਰ? ਤੁਸੀਂ ਕਹਿ ਰਹੇ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਹ ਸਾਰੇ ਕੰਮ ਹੋ ਰਹੇ? ਹਾਂ, ਮਿਲੀ ਭੁਗਤ ਗੱਲ ਕੰਮ ਹੋ ਰਹੇ ਸਾਰੇ ਇਹ ਸਾਰੇ, ਜੇ ਸਰਕਾਰ ਚਾਹੇ ਤਾਂ ਕਹਿ ਨਾ ਹੋਏ, ਸਰਕਾਰ 'ਚ
ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਅਕਸ਼ਪ੍ਰੀਤ ਸਿੰਘ ਹੈ। ਅੱਛਾ ਅਕਸ਼ਪ੍ਰੀਤ ਜੀ, ਕਾਰਨ ਕੀ ਨੇ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਕਿਉਂ ਵੱਧ ਰਿਹਾ? ਹਾਲਾਂਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਕ੍ਰਾਈਮ ਨੂੰ ਰੋਕਣ ਦੇ ਲਈ, ਜੁਰਮ ਨੂੰ ਰੋਕਣ ਦੇ ਲਈ, ਜੁਰਮ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਪੁਲਿਸ ਬਲ ਪੂਰੀ ਤਰ੍ਹਾਂ ਤੈਨਾਤ ਹੈ, ਵਧੀਆ ਤਰੀਕੇ ਦੇ ਨਾਲ ਕਾਰਗੁਜ਼ਾਰੀ ਹੋ ਰਹੀ ਹੈ, ਪਰ ਇਹਨਾਂ ਵਿਚਕਾਰ ਮੁਕਤਸਰ ਦੇ ਵਿੱਚ ਘਟਨਾ ਵਾਪਰਦੀ ਹੈ, ਲਗਾਤਾਰ ਪੰਜਾਬ ਦੇ ਵੱਖ ਵੱਖ ਹਲਕਿਆਂ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਨੇ, ਕਾਰਨ ਕੀ ਨੇ? ਮੇਰੇ ਖਿਆਲ ਨਾਲ ਜਿਹੜੇ ਪੰਜਾਬ ਦੇ ਗਵਰਨਮੈਂਟ ਨੇ ਜੋ ਸਟੈਪਸ ਲਏ ਨੇ ਉਹ ਇੰਪਲੀਮੈਂਟ ਨਹੀਂ ਹੋ ਰਹੇ, ਇਸ ਕਰਕੇ ਸ਼ਾਇਦ ਜੇ ਕਹਿ ਰਹੇ ਗਵਰਨਮੈਂਟ ਕਿ ਸਾਡੇ ਅਸੀਂ ਲੈ ਰਹੇ ਹਾਂ ਮਤਲਬ ਪੁਲਿਸ ਤੈਨਾਤ ਕੀਤੀ ਹੈ, ਸਾਰਾ ਕੁਛ ਕੀਤਾ, ਫਿਰ ਉਹਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਹੈ। ਜੇ ਗਵਰਨਮੈਂਟ ਕੁਛ ਕਰੇਗੀ ਤਾਂ ਹੀ ਕੁਛ ਹੋਏਗਾ, ਮੇਨ ਸਰਕਾਰ ਦਾ ਹੀ ਹੈ, ਠੀਕ ਹੈ ਨਾ? ਜਿਵੇਂ ਜੇ ਉਹ ਕਹਿ ਰਹੇ ਅਸੀਂ ਸਟੈਪਸ ਲਏ ਹੈ ਤਾਂ ਉਹਨਾਂ ਨੂੰ ਫਿਰ ਇੰਪਲੀਮੈਂਟ ਨਹੀਂ ਕੀਤਾ ਹੋਣਾ, ਤਾਂ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਕੋਈ ਵੀ ਜੇ ਹੋ ਰਹੀ ਹੈ ਘਟਨਾ ਤਾਂ ਉਹਨੂੰ ਦੇਖ ਕੇ ਤਾਂ ਇੰਪਲੀਮੈਂਟੇਸ਼ਨ ਲੈ ਕੇ ਆਉਣ। ਅੱਛਾ, ਇਸ ਦੇ ਪਿੱਛੇ ਹੋਰ ਕੀ ਕਾਰਨ ਮੰਨਦੇ ਹੋ? ਜੇਕਰ ਅਸੀਂ ਪਿੰਡਾਂ ਤੱਕ ਜਾਈਏ, ਤੁਹਾਨੂੰ ਲੱਗਦਾ ਕਿ ਜਿਹੜਾ ਪੁਲਿਸ ਦੀ ਕਾਰਵਾਈ ਹੈ ਜਾਂ ਸੁਰੱਖਿਆ ਪ੍ਰਤੀ ਸਰਕਾਰ ਦੀਆਂ ਕਾਰਵਾਈਆਂ ਨੇ ਉਹ ਪਿੰਡਾਂ ਦੇ ਵਿੱਚ ਵੀ ਉਸ ਤਰ੍ਹਾਂ ਚੱਲ ਰਹੀਆਂ ਨੇ? ਪਿੰਡਾਂ 'ਚ ਮਤਲਬ ਸੇਮ ਹੈ ਸਾਰਿਆਂ ਕੇਸ, ਮਤਲਬ ਪਿੰਡ 'ਚ ਵੀ ਜੇ ਜਾਈਏ ਤਾਂ ਕਿਉਂਕਿ ਸ਼ਹਿਰ ਦੇ ਵਿੱਚ ਥਾਣਿਆਂ ਦੀ ਪਹੁੰਚ ਦੇ ਵਿੱਚ ਹੁੰਦੇ ਨੇ ਸ਼ਹਿਰ ਦੇ ਵਿੱਚ, ਪਰ ਸ਼ਹਿਰ ਦੇ ਵਿੱਚ ਤਾਂ ਇੰਨੇ ਵੱਡੀ ਗਿਣਤੀ ਵਿੱਚ ਕਾਰਵਾਈ ਹੁੰਦੀਆਂ ਨੇ, ਲੋਕ ਅਵੇਅਰ ਨੇ, ਪੁਲਿਸ ਤੱਕ ਪੁੱਜਦੇ ਨੇ, ਪਰ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਲੋਕ ਅਵੇਅਰ ਨਹੀਂ, ਪੁਲਿਸ ਤੱਕ ਪਹੁੰਚ ਨਹੀਂ ਕਰ ਪਾਉਂਦੇ, ਉਹਨਾਂ ਦੇ ਲਈ ਵੀ ਸਰਕਾਰ ਉਸ ਤਰ੍ਹਾਂ ਕਾਰਵਾਈ ਕਰਦੀ ਹੈ, ਪੁਲਿਸ ਉਸੇ ਤਰ੍ਹਾਂ ਕਾਰਵਾਈ ਕਰਦੀ ਹੈ? ਪਿੰਡਾਂ 'ਚ ਵੈਸੇ ਅਲੱਗ ਸਿਸਟਮ ਹੀ ਹੁੰਦਾ, ਕਿਉਂਕਿ ਜਿਹੜਾ ਮੇਨ ਪਿੰਡ ਦਾ ਹੁੰਦਾ ਉਹ ਪੂਰਾ ਉਹਦਾ ਆਧਾ ਏਰੀਆ ਹੀ ਹੁੰਦਾ, ਸਰਪੰਚ ਦਾ ਹੋ ਗਿਆ ਜਾਂ ਸਾਰਾ ਕੁਛ ਉਹਦੇ ਅਕੋਰਡਿੰਗ ਹੀ ਚੱਲਦਾ, ਤਾਂ ਉਹਦੇ 'ਚ ਕਾਰਵਾਈ ਜਿਹੜੀ ਹਜੇ ਲੈ ਕੇ ਨਹੀਂ ਆ ਰਹੇ ਉਸ ਪਾਸੇ, ਪਿੰਡਾਂ 'ਚ ਸਿਸਟਮ ਅਲੱਗ ਹੀ ਚੱਲ ਰਿਹਾ, ਤਾਂ ਉਹਨੂੰ ਵੀ ਲੈ ਕੇ ਆਉਣਾ ਚਾਹੀਦਾ। ਮੀਨਸ ਪੁਲਿਸ ਦਾ ਜ਼ਿਆਦਾ ਰੋਲ ਨਹੀਂ ਰਹਿੰਦਾ, ਮੈਂ ਦੇਖਿਆ ਕਾਫੀ ਪਿੰਡਾਂ 'ਚ ਮਤਲਬ ਆਪਸ 'ਚ ਹੀ ਸੁਲਝਾ ਲੈਂਦੇ ਨੇ, ਜਿਹਦੇ ਕਰਕੇ ਫਿਰ ਜਿਹੜਾ ਬੰਦਾ ਜਿਹੜਾ ਸਾਰਿਆਂ ਨਾਲ ਉੱਤੇ ਹੁੰਦਾ, ਜਿਵੇਂ ਸਰਪੰਚ ਦਾ ਮੁੰਡਾ ਹੋ ਗਿਆ, ਤਾਂ ਉਹ ਜ਼ਿਆਦਾ ਫਿਰ ਕ੍ਰਾਈਮ ਦੇ ਉਹਦੇ 'ਚ ਆ ਜਾਂਦਾ, ਤਾਂ ਪਿੰਡਾਂ 'ਚ ਹਜੇ ਚੱਲ ਨਹੀਂ ਰਿਹਾ, ਜਿਹੜੇ ਮਤਲਬ ਪੁਲਿਸ ਵਾਲੇ ਲੈ ਨਹੀਂ ਰਹੇ ਉਸ ਤਰ੍ਹਾਂ ਦੇ ਐਕਸ਼ਨ ਜਿਹੜੇ ਕਰਕੇ ਸ਼ਹਿਰਾਂ 'ਤੇ ਹੈ, ਤਾਂ ਉਹ ਕਰਨਾ ਚਾਹੀਦਾ ਇੰਪਲੀਮੈਂਟ ਉਹਨਾਂ ਨੂੰ ਵੀ। ਜੀ ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਬੋਲਤਾ ਦੇ ਜ਼ਰੀਏ, ਪਰ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਕ੍ਰਾਈਮ ਨੂੰ, ਜੁਰਮ ਨੂੰ ਰੋਕਣ ਦੇ ਲਈ ਜਿੱਥੇ ਸਰਕਾਰ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਨੇ, ਸਰਕਾਰ ਦੀ ਕਾਰਵਾਈ ਦੇ ਉੱਤੇ ਸਵਾਲੀਆ ਨਿਸ਼ਾਨ ਲੋਕਾਂ ਦੇ ਵੱਲੋਂ ਖੜ੍ਹੇ ਕੀਤੇ ਗਏ ਨੇ, ਉੱਥੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਲਗਾਤਾਰ ਸਿਆਸੀ ਦਬਾਅ ਪੁਲਿਸ ਦੇ ਉੱਤੇ ਲਗਾਤਾਰ ਵਧਣ ਦੇ ਕਰਕੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਪੁਲਿਸ ਦੀ ਨਾਕਾਮੀ ਸਾਬਤ ਹੋਈ ਹੈ, ਉੱਥੇ ਹੀ ਔਰਤਾਂ ਪ੍ਰਤੀ ਵੀ ਜਿਹੜੇ ਕ੍ਰਾਈਮ ਲਗਾਤਾਰ ਵੱਧਦੇ ਜਾ ਰਹੇ ਨੇ ਉਸਨੂੰ ਵੀ ਲੈ ਕੇ ਕਿਤੇ ਨਾ ਕਿਤੇ ਕੁਝ ਔਰਤਾਂ ਨੇ, ਕੁਝ ਲੜਕੀਆਂ ਨੇ ਸਰਕਾਰ ਦੇ ਜਿਹੜੀ ਕਾਰਗੁਜ਼ਾਰੀ ਉਸ ਦੇ ਉੱਤੇ ਲਗਾਤਾਰ ਸਵਾਲ ਖੜ੍ਹੇ ਕੀਤੇ ਨੇ। ਪਰ ਇੱਕ ਸਵਾਲ ਜਿਹੜਾ ਲਗਾਤਾਰ ਉੱਠ ਰਿਹਾ ਹੈ ਲੋਕਾਂ ਦੇ ਵੱਲੋਂ ਉਠਾਇਆ ਜਾ ਰਿਹਾ, ਉਹ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਠੋਸ ਕਰਨ ਦੇ ਲਈ, ਜੁਰਮ ਨੂੰ ਰੋਕਣ ਦੇ ਲਈ ਆਖਿਰ ਪੰਜਾਬ ਸਰਕਾਰ ਕਦੋਂ ਆਪਣੇ ਦਾਅਵਿਆਂ ਨੂੰ ਅਸਲ ਮਾਇਨੇ ਦੇ ਵਿੱਚ ਲਾਗੂ ਕਰੇਗੀ, ਅਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੀ ਆਵਾਮ ਹੈ ਉਹ ਅਸਲ ਮਾਇਨੇ ਦੇ ਵਿੱਚ ਸਕੂਨ ਦੀ ਜ਼ਿੰਦਗੀ ਜੀ ਸਕਣਗੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।